ਚੋਰੀ ਦੀ ਹੈਰਾਨ ਕਰਨ ਵਾਲੀ ਵੀਡੀਓ ਆਈ ਸਾਹਮਣੇ। 70 ਸਾਲ ਦੀ ਔਰਤ ਨੂੰ ਵੇਖੋ ਕਿਵੇਂ ਬਣਾਇਆ ਨਿਸ਼ਾਨਾ। ਬਹਾਨੇ ਨਾਲ ਗੱਡੀ ਕੋਲ ਬੁਲਾ ਕੇ ਉਤਾਰ ਲਈਆਂ ਸੋਨੇ ਦੀਆਂ ਵਾਲੀਆਂ। ਔਰਤ ਨੂੰ ਨਹੀਂ ਲੱਗਣ ਦਿੱਤਾ ਪਤਾ। ਇਹ ਸੀਸੀਟੀਵੀ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ, ਜਿਸ 'ਚ ਇੱਕ ਔਰਤ ਦੁੱਧ ਲੈ ਕੇ ਆਉਂਦੀ ਹੈ, ਪਰ ਪਹਿਲਾਂ ਹੀ ਉੱਥੇ ਖੜੀ ਸਵਿਫਟ ਕਾਰ ਉਸ 70 ਸਾਲ ਦੀ ਬਜ਼ੁਰਗ ਔਰਤ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ। ਗੱਡੀ 'ਚ ਬੈਠੀ ਔਰਤ ਇਸ ਬਜ਼ੁਰਗ ਮਹਿਲਾ ਨੂੰ ਰੋਕਦੀ ਹੈ ਤੇ ਉਸਨੂੰ ਆਪਣਾ ਰਿਸ਼ਤੇਦਾਰ ਦੱਸਦੀ ਹੈ ਤੇ ਕਹਿੰਦੀ ਹੈ ਕਿ ਉਹ ਪੁਸ਼ਪਾ ਦੀ ਬੇਟੀ ਹੈ। ਇਹਨਾਂ ਕਹਿਣ ਤੇ ਹੀ ਇਹ ਬਜ਼ੁਰਗ ਔਰਤ ਕਾਰ ਦੇ ਪਿੱਛੇ ਬੈਠੀ ਮਹਿਲਾ ਨੂੰ ਜੱਫੀ ਪਾ ਕੇ ਮਿਲਦੀ ਹੈ ਤੇ ਇੰਨੇ ਦੇ ਵਿੱਚ ਹੀ ਇਸ ਬਜ਼ੁਰਗ ਦੀਆਂ ਵਾਲੀਆਂ ਤੋਂ ਲੁਟੇਰੀ ਔਰਤ ਹੱਥ ਸਾਫ਼ ਕਰ ਜਾਂਦੀ ਹੈ। ਪਰ ਇਸ ਬਜ਼ੁਰਗ ਔਰਤ ਨੂੰ ਘਰ ਜਾ ਕੇ ਪਤਾ ਲੱਗਦਾ ਹੈ ਕਿ ਉਸਦੇ ਕੰਨਾਂ 'ਚ ਉਸਦੀਆਂ ਵਾਲੀਆਂ ਗਾਇਬ ਨੇ। ਇਹ ਘਟਨਾ ਵਾਪਰੀ ਹੈ ਸਮਰਾਲਾ 'ਚ ਤੇ ਇਹ ਲੁਟੇਰੀ ਔਰਤਾਂ ਦਾ ਗਿਰੋਹ ਭੋਲੀ ਭਾਲੀ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਇਹ ਵੀਡੀਓ ਵੇਖਣ ਤੋਂ ਬਾਅਦ ਤੁਹਾਨੂੰ ਵੀ ਸਾਵਧਾਨ ਹੋਣ ਦੀ ਜ਼ਰੂਰਤ ਹੈ, ਕਿਉਂਕਿ ਇਹ ਔਰਤਾਂ ਦਾ ਗਿਰੋਹ ਤੁਹਾਨੂੰ ਵੀ ਆਪਣਾ ਰਿਸ਼ਤੇਦਾਰ ਦੱਸ ਕੇ ਆਸਾਨੀ ਨਾਲ ਲੁੱਟ ਨੂੰ ਅੰਜਾਮ ਦੇ ਸਕਦਾ ਹੈ। ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਲੋਕ ਸਾਵਧਾਨ ਤੇ ਸਤਰਕ ਹੋਣ। ਮੈਂ 8:30 ਵਜੇ ਦੁੱਧ ਲੈਣ ਗਈ ਤੇ ਪਹਿਲੇ ਨੇ ਮੈਨੂੰ ਕਿਹਾ ਹੰਟਿੰਗ ਵਾਸਤੇ, ਮੈਂ ਅੱਗੇ ਲੰਘ ਗਈ। ਫਿਰ ਆਉਂਦੇ ਨੂੰ ਫਿਰ ਕਾਰ ਖੜੀ ਸੀ, ਫਿਰ ਕਹਿੰਦੀ ਮੰਮੀ ਨੂੰ ਮਿਲ ਲਓ, ਮੈਂ ਪੁਸ਼ਪਾ ਦੀ ਕੁੜੀ ਹਾਂ। ਮੈਂ ਕਾਰ 'ਚ ਮੇਰੇ ਨਾਲ ਮਿਲਣ ਲੱਗ ਗਈ, ਬਸ ਫਿਰ ਪਤਾ ਨਹੀਂ ਲੱਗੀ ਕਿ ਦਿਵਾਲੀ ਲਾ ਕੇ ਲੈ ਆਈ। ਮਿਲੇ ਕਿ ਮੈਂ ਗੱਲ ਇਹ ਗੱਲ ਕਿ ਜੱਫੀ ਪਾ ਕੇ ਨਹੀਂ ਗਈ ਇੱਕ ਹੱਥ ਨਾਲ। ਤੁਹਾਨੂੰ ਪਤਾ ਨਹੀਂ ਲੱਗਿਆ ਬਿਲਕੁਲ ਵੀ? ਨਾ, ਮੈਨੂੰ ਨਹੀਂ ਪਤਾ ਲੱਗਿਆ। ਤੁਸੀਂ ਫਿਰ ਘਰੇ ਆ ਕੇ ਦੇਖਿਆ? ਘਰ ਆ ਕੇ 2 ਘੰਟੇ ਬਾਅਦ ਮੈਂ ਕਿਸੇ ਨੇ ਕਿਹਾ ਵੀ ਤੇਰੀ ਇੱਕ ਵਾਲੀ ਕਿੱਥੇ ਹੈ। ਤਕਰੀਬਨ 8:30 ਵਜੇ ਤੇ ਉਹ ਇੱਕ ਲੇਡੀ ਉਹਨੂੰ ਮਿਲੀ ਕਾਰ 'ਚ, ਕਹਿੰਦੀ ਮੈਂ ਫਲਾਣੇ ਦੀ ਕੁੜੀ ਆ, ਪੁਸ਼ਪਾ ਦੀ ਕੁੜੀ ਆ, ਬਈ ਮੇਰੀ ਮੰਮੀ ਨੇ ਤੁਹਾਨੂੰ ਮਿਲਣਾ, ਮਿਲ ਲਓ ਕਾਰ 'ਚ ਬੈਠੀ ਆ। ਮੇਰੀ ਗਾਲੀ ਕਹਿੰਦੀ ਵੀ ਨਹੀਂ ਮੈਂ ਨਹੀਂ ਮਿਲਣਾ ਕਿਸੇ ਨੂੰ, ਉਹ ਦੁੱਧ ਲੈਣ ਚਲੇ ਗਈ ਵਾਪਸੀ ਫਿਰ ਘੇਰਦਾ। ਅਤੇ ਇਨ ਬਿਟਵੀਨ ਉਹਨੇ ਜੱਫੀ ਜੀ ਪਾ ਕੇ ਪਤਾ ਨਹੀਂ ਲੱਗਿਆ ਕਦੋਂ ਲਾ ਲਈ ਵਾਲੀ ਜੀ। ਹਾਂਜੀ, ਉਹ ਕਾਰ ਚੰਡੀਗੜ੍ਹ ਰੋਡ ਵੱਲ ਚਲੇ ਗਈ। ਉਹਨੂੰ ਕੁਛ ਨਹੀਂ ਪਤਾ ਲੱਗਿਆ, ਉਹ ਘੰਟਾ ਬਾਅਦ ਟਾਈਮ ਨਹੀਂ ਪਤਾ ਨਹੀਂ ਲੱਗਿਆ। ਰਿਪੋਰਟ ਲਿਖਾਈ ਹੈ ਕੋਈ? ਨਹੀਂ, ਹੁਣ ਫੋਨ ਚੱਲਿਆ ਸੀ ਥਾਣੇ। ਹਾਂਜੀ, ਕਿੰਨੀ ਕੁ ਉਮਰ ਸੀਗੀ ਤੁਹਾਡੇ ਮਾਤਾ ਜੀ? ਵਾਈਫ ਦੀ ਕਿੰਨੀ ਕੁ ਉਮਰ ਹੈ? 70 ਸਾਲ ਦੀ। ਜਿਹੜੇ ਨੌਸ਼ਰਬਾਜ਼ ਨੇ, ਜਿਹੜੇ ਚੋਰੀਆਂ ਹੋ ਰਹੀਆਂ ਨੇ, ਕਿਵੇਂ ਦੇਖਦੇ ਇਹਨਾਂ ਨੂੰ? ਨੱਥ ਪਾਈ ਜਾਵੇ ਜੀ, ਕਿਉਂ ਜਿਹੜਾ ਬਜ਼ੁਰਗ ਬੰਦਾ ਉਹਨੂੰ ਤਾਂ ਪਤਾ ਨਹੀਂ ਲੱਗਦਾ ਕੁਛ। ਇਸ ਕਰਕੇ ਪ੍ਰਸ਼ਾਸਨ ਤੋਂ ਹੀ ਮੰਗ ਕੀਤੀ ਜਾਂਦੀ ਹੈ ਕਿ ਤੇ ਨਕੀਲ ਪਿੱਛੇ ਦੇ। ਤੁਹਾਡੀ ਘਰ ਵਾਲੀ ਨੂੰ ਬਾਅਦ ਪਤਾ ਲੱਗਿਆ? ਉਹਨੂੰ ਬਾਅਦ ਘੰਟਾ 2 ਘੰਟੇ ਬਾਅਦ ਪਤਾ ਲੱਗਿਆ, ਪਹਿਲਾਂ ਲੱਭੀ ਗਈ ਕਦੇ ਗਿਰ ਗਈ ਮੇਰੀ। ਅਸੀਂ ਬਾਅਦ ਪੁੱਛ ਰਹੇ ਜਨਾਨੀ ਨੂੰ ਮਿਲੀ ਸੀ ਇੱਕ, ਤਾਂ ਅਸੀਂ ਲਾਇਆ ਫਿਰ ਪਤਾ। ਹੁਣ ਕੈਮਰਾ ਦੇਖਿਆ, ਕੈਮਰੇ 'ਚ ਗੱਡੀ ਨੰਬਰ ਵੀ ਆ ਗਿਆ ਤੇ ਉਹਦੀ ਫੋਟੋ ਵੀ ਆ ਗਈ। ਅੱਜ ਸਵੇਰੇ ਜੀ ਮੇਰੇ ਮਦਰ ਸਬਜ਼ੀ ਲੈਣ ਗਏ ਆ ਡੱਬੀ ਬਾਜ਼ਾਰ ਦੇ ਨਾਲ ਹੀ, ਤੇ ਉੱਥੇ ਅਣਪਛਾਤੀ ਲੇਡੀਜ਼ ਔਰ ਬੰਦਾ ਗੱਡੀ ਚਲਾਉਂਦਾ ਸੀ, ਉਹ ਆ ਕੇ ਗੱਡੀ ਰੋਕੀ, ਸਤਿ ਸ਼੍ਰੀ ਅਕਾਲ ਹੋਈ, ਸਤਿ ਸ਼੍ਰੀ ਅਕਾਲ ਕਰਕੇ ਗੱਡੀ ਜਾਓ ਜੀ, ਗੱਡੀ ਜਾਓ, ਗੱਲ ਸੁਣੋ। ਉਹ ਕੁਦਰਤੀ ਕਹਿ ਲਓ ਇਨ ਦੀ ਮੀਨ ਟਾਈਮ ਮਦਰ ਦਾ ਦਿਮਾਗ ਕੰਮ ਕਰ ਗਿਆ, ਉਹ ਕਹਿੰਦੇ ਚਲੋ ਚਲੋ ਤੁਸੀਂ। ਉਹ ਥੋੜ੍ਹਾ ਜਿਹਾ ਡਰ ਕੇ ਪਿੱਛੇ ਹੋ ਗਏ, ਭਾਂਡਿਆਂ ਵਾਲੀ ਦੁਕਾਨ ਕੋਲ ਹੋ ਗਏ। ਬਸ ਆਹ ਗੱਲ ਹੋਈ, ਉਸ ਤੋਂ ਥੋੜ੍ਹੀ ਦੇਰ ਬਾਅਦ ਪਤਾ ਲੱਗਿਆ ਵੀ ਇੱਥੇ ਸਮਰਾਲੇ 'ਚ ਘਟਨਾ ਹੋ ਗਈ, ਵਾਲੀਆਂ ਲਾ ਲਈਆਂ ਕਿਸੇ ਦੀਆਂ। ਅਤੇ ਮੇਰੀ ਤਾਂ ਇਹੀ ਸਰਕਾਰ ਨੂੰ ਬੇਨਤੀ ਆ ਵੀ ਥੋੜ੍ਹਾ ਧਿਆਨ ਦੇਵੇ। ਮਸਾਂ ਤਾਂ ਬਜ਼ੁਰਗ ਘਰੋਂ ਨਿਕਲਦੇ ਆ ਜੀ ਕਿਸੇ ਬਹਾਨੇ, ਜੇ ਇਹੀ ਹਾਲ ਰਿਹਾ
ਡਰ ਦਾ ਮਾਹੌਲ ਬਣ ਜਾਂਦਾ। ਸਰਕਾਰ ਨੂੰ ਬੇਨਤੀ ਹੈ ਪਲੀਜ਼ ਇਹਦੇ ਵੱਲ ਧਿਆਨ ਦਿਓ ਥੋੜ੍ਹਾ ਜਿਹਾ।